ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਏਜੰਟ ਕਿਵੇਂ ਠੱਗਦੇ ਨੇ। ਪਹਿਲੀ ਗੱਲ ਤਾਂ ਇਹ ਦੋਸਤੋ, ਆਪਣੇ ਵਿਚਾਰੇ ਭੋਲੇ ਭਾਲੇ ਜਿਹੜੇ ਮੁੰਡੇ ਹੁੰਦੇ ਨੇ, ਜਿਨ੍ਹਾਂ ਨੇ ਬਾਹਰ ਆਉਣਾ ਹੁੰਦਾ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਆਪਾਂ ਕਿਹੜੀ ਕੰਟਰੀ ਆ, ਕੀ ਹਿਸਾਬ ਕਿਤਾਬ ਆ। ਚਲੋ ਹੁਣ ਤਾਂ ਯੂਟਿਊਬ ਆ ਗਈ, ਗੂਗਲ ਆ ਗਿਆ, ਬਹੁਤ ਕੁਛ ਆ ਗਿਆ, ਬੰਦਾ ਸਰਚ ਕਰ ਲੈਂਦਾ। ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਆ, ਜਦੋਂ ਮੈਂ ਆਇਆ ਸੀ, ਮੈਨੂੰ ਪਤਾ ਹੀ ਨਹੀਂ ਸੀ ਮਲੇਸ਼ੀਆ ਕੰਟਰੀ ਕਿਹੜੀ ਆ, ਇੱਥੇ ਕੀ ਕੌਣ ਆ ਕੌਣ ਨਹੀਂ। ਸੋ ਉਦੋਂ ਇੱਦਾਂ ਹੁੰਦਾ ਸੀ, ਗੋਰੇ ਰਹਿੰਦੇ ਹੋਣੇ, ਡੋਲਰ ਮੰਨਦੇ ਹੋਣੇ। ਜਦੋਂ ਇੱਥੇ ਆ ਕੇ ਪਤਾ ਲੱਗਿਆ ਮੁਸਲਿਮ ਕੰਟਰੀ ਹੈਗੀ, ਜਿੱਦਾਂ ਡਬਈ 'ਚ ਵੀ। ਸੋ ਇਹ ਮੁਸਲਿਮ ਕੰਟਰੀ ਆ ਨਾ। ਸੋ ਨਵੇਂ ਬੰਦੇ ਨੂੰ ਕੁਛ ਨਹੀਂ ਇੰਨਾ ਨੌਲੇਜ ਹੋਣ ਦੀ ਪਤਾ ਹੁੰਦਾ। ਸੋ ਦੋਸਤੋ, ਏਜੰਟ ਕੀ ਕਹਿੰਦੇ ਨੇ, ਏਜੰਟ ਕਹਿ ਦਿੰਦੇ ਨੇ ਤੁਹਾਨੂੰ ਬਹੁਤ ਉੱਥੇ ਜਾ ਕੇ 50-70 ਹਜ਼ਾਰ ਰੁਪਈਆ ਬਣੂ। ਏਸ਼ੀਅਨ ਕੰਟਰੀ ਦੀ ਗੱਲ ਕਰ ਲੈਂਦੇ ਆਪਾਂ, ਤੁਹਾਨੂੰ ਇੰਨਾ ਪੈਸਾ ਬਣੂਗਾ ਅਤੇ ਤੁਸੀਂ ਜਾ ਕੇ ਉੱਥੇ ਨਜ਼ਾਰੇ ਲਵੋਗੇ, ਉੱਥੇ ਗੱਡੀਆਂ ਲਵੋਗੇ, ਫੁੱਲ ਤੁਹਾਡਾ ਪੈਸਾ ਕਮਾਓਗੇ, ਘਰ ਬਾਰ ਸਾਰਾ ਕੁਛ। ਸੋ ਬੜੇ ਬੜੇ ਸੁਪਨੇ ਦਿਖਾ ਦਿੰਦੇ ਨੇ ਏਜੰਟ ਦੋਸਤੋ ਆਪਾਂ ਨੂੰ। ਉਸ ਤੋਂ ਬਾਅਦ ਕੀ ਹੁੰਦਾ ਆ, ਪਤਾ ਲੱਗਦਾ ਆ ਇੱਥੇ ਆ ਕੇ, ਜਦੋਂ ਇੱਥੇ ਆ ਕੇ ਜਿਹੜੇ ਕੰਮ ਉਹ ਕਹਿੰਦੇ ਹੁੰਦੇ ਨੇ ਵੀ ਆਹ ਕੰਮ ਦਾ ਜਾਣਾ ਤੁਸੀਂ, ਉਹ ਕੰਮ ਨਹੀਂ ਇੱਥੇ ਆ ਕੇ ਮਿਲਦਾ ਪਹਿਲੀ ਗੱਲ ਤਾਂ। ਸੋ ਆਪਣਾ ਦੇਖਣਾ ਪੈਂਦਾ, ਚੱਜ ਦਾ ਕੰਮ ਲੱਭਣਾ ਪੈਂਦਾ, ਖਾਣਾ ਪੀਣਾ। ਇਹ ਮੇਰੇ ਨਾਲ ਖੁਦ ਹੋਇਆ ਇੱਦਾਂ, ਮੈਨੂੰ ਕਿਹਾ ਸੀ ਵਰਕ ਪਰਮਿਟ 'ਤੇ 1.5 ਲੱਖ ਰੁਪਈਆ ਲਿਆ, 2 ਲੱਖ ਹੀ ਮੰਨੋ। ਮੈਨੂੰ ਕਹਿੰਦੇ ਵਰਕ ਪਰਮਿਟ ਤੈਨੂੰ ਉੱਥੇ ਜਾ ਕੇ ਲੱਗ ਜੂਗਾ। ਸੋ ਆਇਆ ਮੈਂ ਮਲੇਸ਼ੀਆ, ਇੱਥੇ ਕੋਈ ਵਰਕ ਪਰਮਿਟ ਨਹੀਂ, ਕੋਈ ਕੁਛ ਨਹੀਂ, ਆਪਣਾ ਇਹ ਜਿਹੜੇ ਕੰਮ 'ਤੇ ਲਵਾਇਆ ਉੱਥੇ 2 ਮਹੀਨੇ ਦੀ ਸੈਲਰੀ ਦੱਬ ਲਈ ਉਹਨਾਂ ਨੇ, ਠੀਕ ਆ। ਅਤੇ ਉਸ ਤੋਂ ਬਾਅਦ ਬਹੁਤ ਔਖਾ ਆਪਣਾ ਕੰਮ ਲੱਭਿਆ, ਕੋਈ ਨਾ ਕੋਈ ਆਪ ਕਰ ਲਿਆ ਸਾਰਾ, ਇੱਥੇ ਰਹਿਣ ਸਹਿਣ ਦਾ ਕਰਿਆ, ਖਾਣਾ ਪੀਣਾ ਆਪ ਕਰਦੇ ਸੀਗੇ। ਬਹੁਤ ਔਖਾ ਆ ਬਾਹਰ ਲੋਕ ਦੋਸਤੋ, ਏਜੰਟ ਕਹਿ ਦਿੰਦੇ ਨੇ ਹੈ ਨਾ ਜਾ ਕੇ, ਕੋਈ ਪਰਮਿਟ ਨਹੀਂ ਦੇਖ ਲਓ ਉਹਦਾ, ਹੁਣ ਫੋਨ ਫਾਨ ਵੀ ਮੈਸੇਜ ਵੀ ਨਹੀਂ, ਪਤਾ ਹੀ ਨਹੀਂ ਕਿਸੇ। ਅਤੇ ਇੱਕ ਗੱਲ ਹੋਰ ਦੋਸਤੋ, ਇੱਥੇ ਇੱਦਾਂ ਦੇ ਏਜੰਟਾਂ ਨਾਲ ਮੈਂ ਰਹਾਂਗਾ ਜਿਹੜੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਠੱਗੀ ਲਾ ਦਿੰਦੇ ਨੇਗੇ। ਸੋ ਚਾਚੇ ਤਾਇਆਂ ਦੇ ਮੁੰਡਿਆਂ ਨਾਲ ਵੀ ਦੇਖ ਲਓ ਠੱਗੀ ਲਾਈ ਹੈ ਜੀ, ਇੱਦਾਂ ਦੇ ਏਜੰਟ ਨੇ ਇੱਥੇ। ਸੋ ਇਹ ਤਾਂ ਦੋਸਤੋ ਹੋ ਗਈ ਏਜੰਟਾਂ ਦੀ ਗੱਲ। ਸੋ ਹੁਣ ਇੱਥੇ ਇੱਕ ਮੈਂ ਗੱਲ ਐਡ ਕਰਨੀ ਚਾਹੁੰਦਾ, ਇਹਨਾਂ ਤੋਂ ਬੱਚਿਆ ਕਿਵੇਂ ਜਾ ਸਕਦਾ ਆ। ਸੋ ਮੇਰੇ ਹਿਸਾਬ ਨਾਲ ਤਾਂ ਇੱਕੋ ਹੱਲ ਆ ਦੋਸਤੋ, ਜੇ ਤੁਹਾਡੀ ਕੋਈ ਜਾਣ ਪਛਾਣ ਦਾ ਹੈਗਾ ਆ ਏਜੰਟ, ਜਾਂ ਫਿਰ ਤੁਹਾਡੀ ਰਿਸ਼ਤੇਦਾਰੀ 'ਚੋਂ ਆ ਜਿਹੜਾ ਬੰਦੇ ਬਾਹਰ ਭੇਜਦਾ ਆ, ਇਹਦੇ ਦੋਸਤੋ ਇੱਥੇ ਦੀ ਗੱਲ ਨਹੀਂ ਹੈਗੀ ਵੀ ਇਕੱਲੀ ਮਲੇਸ਼ੀਆ ਦੁਬਈ 'ਚ ਹੁੰਦਾ ਇਹ ਹੱਲ, ਇਹ ਸਾਰੀਆਂ ਕੰਟਰੀਆਂ 'ਚ ਹੀ ਆ ਦੋਸਤੋ। ਵੱਡੀਆਂ ਵੱਡੀਆਂ ਕੰਟਰੀਆਂ 'ਚ ਦੇਖ ਲਓ ਕਿੰਨੇ ਪੈਸੇ ਵਿਚਾਰੇ, ਲੱਖਾਂ ਦੇ ਹਿਸਾਬ ਨਾਲ ਲੋਕਾਂ ਦੇ ਪੈਸੇ ਖਰਾਬ ਹੁੰਦੇ ਨੇ ਹੈ ਨਾ। ਸੋ ਇਹ ਸਾਰੇ ਕਿਤੇ ਆ। ਸੋ ਇਹ ਆਪਾਂ ਨੂੰ ਪਹਿਲਾਂ ਉਹ ਕਰਨਾ ਪੈਣਾ ਆ ਵੀ ਆਪਾਂ ਜਾਣਕਾਰੀ ਪੂਰੀ ਇਕੱਠੀ ਕਰੀਏ, ਜਿਹੜਾ ਏਜੰਟ ਆ, ਜਿਹੜਾ ਬੰਦਾ ਆ ਅੱਗੇ ਅਪਲਾਈ ਕਰ ਰਿਹਾ ਹੈਗਾ। ਸੋ ਸਾਰਾ ਉਹਦੇ ਬਾਰੇ ਜਾਣਕਾਰੀ ਲੈਣੀ ਪੈਣੀ ਆਪਾਂ ਨੂੰ, ਤਾਂ ਜੋ ਆਪਣੇ ਨਾਲ ਠੱਗੀ ਨਾ ਵੱਜ ਸਕੇ। ਬਹੁਤ ਨਾਲ ਹੁੰਦਾ ਆ, ਅੱਜ ਕੱਲ੍ਹ ਤਾਂ ਇੱਕ ਹੋਰ ਚੱਲ ਪਿਆ, ਮੁੰਡਾ ਕੁੜੀ ਵਿਆਹ ਕਰਾ ਲੈਂਦੇ ਨੇ ਇੱਥੇ ਫੇਕ ਜਾ, ਅਤੇ ਚੱਲ ਜਾਂਦੇ ਨੇ ਜੀ ਕੈਨੇਡਾ ਭੇਜ ਦਿੰਦੇ ਨੇ ਕੁੜੀ ਨੂੰ, ਅਤੇ ਉੱਥੇ ਜਾ ਕੇ ਉਹ ਅਗਲੀ ਮੁੱਕਰ ਜਾਂਦੀ ਹੈਗੀ, ਵਿਚਾਰਾ ਮੁੰਡਾ ਪਿੱਛੇ ਇੰਨਾ ਪੈਸਾ ਲਾਇਆ ਹੁੰਦਾ ਹੈ ਨਾ, ਉਹਨੇ ਭੇਜਿਆ ਹੁੰਦਾ ਕੁੜੀ ਨੂੰ, ਰੁਲ ਜਾਂਦਾ ਵਿਚਾਰਾ ਕਰਜ਼ਾ ਚੱਕ ਕੇ ਹੈ ਨਾ ਜ਼ਮੀਨ 'ਤੇ। ਉਹ ਵਿਚਾਰਾ ਇੱਥੇ ਨਾ ਕੋਈ ਉਹਨੂੰ ਕੰਮ ਹੁੰਦਾ ਆ, ਨਾ ਕੋਈ ਕੈਨੇਡਾ ਜਾ ਸਕਦਾ ਆ, ਕਿੰਨੀਆਂ ਪਿੱਛੇ ਖਬਰਾਂ ਜਿੰਨੇ ਸੁਸਾਈਡ ਹੁੰਦੀ ਹੈਗੀ। ਸੋ ਉਹ ਗੱਲ ਛੱਡੋ ਦੋਸਤੋ, ਆਪਣੇ ਗਰੀਬ, ਹੁਣ ਮਿਡਲ ਕਲਾਸ ਮੈਂ ਸੀਗਾ, ਮੈਨੂੰ ਪਤਾ ਹੈ ਨਾ ਆਪਾਂ ਕਰਜ਼ਾ ਚੱਕ ਕੇ ਆਏ ਸੀਗੇ, ਚਲੋ ਬਹੁਤ ਔਖਾ ਆ ਇੱਥੇ। ਹੁਣ ਇੱਥੇ 1,70,000 'ਚ ਪਰਮਿਟ ਲੱਗਦਾ ਆ, ਚਲੋ 80 ਵੀ ਮੰਨ ਲਓ, 60 ਵੀ ਮੰਨ ਲਓ ਹੈ ਨਾ, ਇਹ ਰੇਟ ਚੱਲਦਾ, ਕਿਉਂਕਿ ਵਰਕ ਪਰਮਿਟ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ। ਅਤੇ ਏਜੰਟ ਪਤਾ ਕੀ ਕਰਦੇ ਨੇ, 2.5-2.5 ਲੱਖ ਰੁਪਈਆ ਮੰਗਦੇ ਨੇ, ਕਈ ਤਾਂ 3-3 ਲੱਖ ਰੁਪਈਆ ਵੀ ਮੰਗਦੇ ਨੇ। ਸੋ ਇੱਕ ਗੱਲ ਹੋਰ, 1.5 ਲੱਖ ਰੁਪਈਏ ਤਾਂ ਉਹ ਕਹਿ ਦੇਣਗੇ ਵਰਕ ਪਰਮਿਟ ਵੀ ਆ, ਪਰ ਇੱਥੇ ਭੇਜ ਦਿੰਦੇ ਨੇ ਟੂਰਿਸਟ, ਕਿਉਂਕਿ ਸੌਖਾ ਆ, 40-50 ਹਜ਼ਾਰ ਖਰਚਾ ਆਉਂਦਾ ਸਾਰਾ ਟੂਰਿਸਟ ਵੀਜ਼ੇ ਦਾ।
ਉਹ ਲਵਾ ਕੇ ਭੇਜ ਦਿੰਦੇ ਨੇ। ਬਹੁਤ ਨਾਲ ਇੱਦਾਂ ਹੋਇਆ ਮੇਰੇ, ਇੱਥੇ ਨਾਲ ਰਹਿੰਦੇ ਨੇ ਮੁੰਡੇ, ਹੈ ਨਾ, ਉਹਨਾਂ ਨਾਲ ਵੀ ਹੋਇਆ ਇੱਦਾਂ। ਸੋ ਇੱਥੇ ਬਾਅਦ 'ਚ ਵਿਚਾਰੇ ਫਿਰ ਪਰਮਿਟ ਲਵਾਉਂਦੇ ਫਿਰਦੇ। ਮੈਂ ਦੇਖ ਲਓ, ਮੈਂ ਬਾਅਦ 'ਚ ਲਵਾਇਆ 4 ਸਾਲਾਂ ਬਾਅਦ 'ਚ ਪਰਮਿਟ, ਹੈ ਨਾ, ਮੇਰਾ ਚਲੋ ਲੱਗ ਗਿਆ ਇੱਥੇ, ਧੱਕੇ ਧੁੱਕੇ ਖਾ ਕੇ 2 ਸਾਲ ਇੱਦਾਂ ਹੀ ਰੁਲਦੇ ਰਹੇ। ਨਾ ਕੋਈ ਪੈਸੇ ਦਿੰਦਾ ਸੀ, ਜਿਹਦੇ ਲਈ ਪਰਮਿਟ ਨਹੀਂ ਉਹਨੂੰ, ਬਸ ਇੱਦਾਂ ਹੀ ਯੂਜ਼ ਕਰਨਾ ਹੁੰਦਾ ਇਹਨਾਂ ਨੇ, ਪੈਸੇ ਭੁੱਲ ਜਾਓ, ਸੈਲਰੀ ਮਿਲੂਗੀ ਕਦੋਂ। ਸੋ ਆਪ ਲਵਾਇਆ 4 ਸਾਲਾਂ ਬਾਅਦ ਪਰਮਿਟ, ਅਤੇ ਉਹ 1.5 ਲੱਖ ਦੁਬਾਰਾ ਦੇਣਾ ਪਿਆ, ਦੇਖ ਲਓ ਉਹ ਸੈਲਰੀ 'ਚੋਂ ਕਟਾਇਆ, ਹੈ ਨਾ। ਚਲੋ ਕਿਰਪਾ ਰੱਬ ਦੀ ਲੱਗ ਗਿਆ, ਸਾਰਾ ਕੁਝ ਵਧੀਆ ਹੋ ਗਿਆ। ਸੋ ਇਹਨਾਂ ਗੱਲਾਂ 'ਤੇ ਦੋਸਤੋ ਧਿਆਨ ਰੱਖਣਾ ਪਊਗਾ ਤੁਹਾਨੂੰ। ਸੋ ਆਪਾਂ ਇਹ ਵੀਡੀਓ ਤਾਂ ਬਣਾਈਏਗੀ ਤਾਂ ਜੋ ਮੇਰੇ ਵੀਰ ਜਿਹੜੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗ ਸਕੇ ਕੀ ਹੁੰਦਾ ਹੈ, ਹੈ ਨਾ। ਇੱਥੇ ਬਹੁਤ ਨਾ ਠੱਗੀ ਹੁੰਦੀ ਹੈ, ਮੈਨੂੰ ਡੇਲੀ 3-4 ਫੋਨ ਆਉਂਦੇ ਨੇ। ਜਦੋਂ ਮੈਂ ਆਇਆ ਸੀਗਾ, ਮੈਨੂੰ ਅੱਗ ਲੱਗੀ ਪਈ ਸੀ ਵੀ ਮੈਂ ਬਾਹਰ ਚੱਲ ਜਾਂ ਬਸ, ਕਿਉਂਕਿ ਇੱਥੇ ਕੰਮ ਹੈ ਨਹੀਂ ਗਾ, ਮੇਰੀ ਤਾਂ ਬੇਰੁਜ਼ਗਾਰੀ ਆਪਣੇ ਪੰਜਾਬ 'ਚ। ਤੁਸੀਂ ਇੱਕ ਗੱਲ ਦੇਖੋ, ਨੇੜੇ ਤੇੜੇ ਦੇਖਿਓ, ਤੁਹਾਡੇ ਜਿੰਨੇ ਮੁੰਡੇ ਪੜ੍ਹੇ ਲਿਖੇ ਨੇ ਕੋਈ ਲੱਗਿਆ ਨੌਕਰੀ 'ਤੇ, ਸਰਕਾਰੀ ਨੌਕਰੀ 'ਤੇ? ਚਲੋ ਮੰਨ ਲਿਆ 1 ਜਣਾ ਲੱਗਿਆ ਹੋਊਗਾ, 2 ਜਣੇ ਲੱਗੇ ਹੋਣਗੇ, ਬਾਕੀ ਸਾਰੇ ਵਿਚਾਰੇ ਕੋਈ ਨਾ ਕੋਈ ਹੋਰ ਕੰਮ ਕਰਦੇ ਨੇ, ਹੈ ਨਾ, ਕੋਈ 5,000, ਕੋਈ 10,000 ਇੱਦਾਂ, ਉਹ ਨਹੀਂ ਪੂਰੀ ਪੈਂਦੀ। ਫਿਰ ਉਹ ਬਾਹਰ ਦਾ ਦੇਖਦੇ ਨੇ ਵਿਚਾਰੇ, ਛੋਟੀ ਕੰਟਰੀ ਹੋਵੇ ਵੱਡੀ ਹੋਵੇ, ਅਤੇ ਜਦੋਂ ਇੱਦਾਂ ਦੇਖਦੇ ਨੇ ਫਿਰ ਠੱਗੀਆਂ ਵੱਜਦੇ ਨੇ। ਮੇਰੇ ਨਾਲ ਖੁਦ 35-40 ਹਜ਼ਾਰ ਰੁਪਇਆ ਮੇਰਾ ਖਰਾਬ ਹੋਇਆ ਦੋਸਤੋ। ਅਖਬਾਰ 'ਚ ਪੜ੍ਹ ਕੇ ਮੈਂ ਚੱਲ ਗਿਆ ਰਾਜਪੁਰੇ, ਮੈਂ ਅਤੇ ਮੇਰਾ ਫਰੈਂਡ, ਉੱਥੇ ਜਾ ਕੇ ਦੇਖਿਆ ਉਹਨਾਂ ਨੇ ਮੈਡੀ ਦਿੱਤਾ ਪਿਆ ਸੀ ਸਿੰਗਾਪੁਰ ਦੀ, ਇਕੱਲੀ ਟਿਕਟ ਦਾ ਖਰਚਾ ਤੁਹਾਡਾ। ਉੱਥੇ ਜਾ ਕੇ ਚਲੋ ਉਹਨਾਂ ਨੂੰ ਬਹੁਤ ਵਧੀਆ ਆਫਿਸ ਬਣਾਇਆ ਪਿਆ, ਅਤੇ ਕਹਿੰਦੇ ਸਾਰਾ ਕੁਝ ਠੀਕ ਹੈ ਤੁਹਾਡਾ, ਓਕੇ ਹੈਗਾ, ਤੁਸੀਂ ਉੱਥੇ ਲੇਬਰ 'ਚ ਜਾਓਗੇ ਸਿੰਗਾਪੁਰ, ਤੁਸੀਂ 40-50 ਹਜ਼ਾਰ ਰੁਪਇਆ ਲਾਉਣਾ ਟਿਕਟ ਦਾ ਖਰਚਾ, ਅਤੇ ਅੱਜ ਦੇ ਦਿਓ ਮੈਡੀਕਲ। ਮੈਡੀਕਲ ਦਿੱਤਾ, 5,000 ਰੁਪਇਆ ਉਹਨਾਂ ਨੇ ਜਮ੍ਹਾਂ ਕਰਾ ਲਿਆ। ਹਫ਼ਤੇ ਬਾਅਦ ਆ ਜਾਇਓ ਜੀ, ਕਹਿੰਦੇ ਤੁਹਾਡਾ ਪਾਸਪੋਰਟ ਦੇ ਦਾਂਗੇ। ਚਲੋ ਨਹੀਂ ਨਹੀਂ ਉਸੇ ਦਿਨ ਉਹਨਾਂ ਨੇ ਪਾਸਪੋਰਟ ਦੇ ਦਿੱਤਾ ਸੀ, ਵਾਪਸ ਕਰਤਾ ਜੀ। ਕਹਿੰਦੇ ਹੁਣ ਆਇਓ 2-3 ਮਹੀਨੇ ਬਾਅਦ ਵੀ, ਹੈ ਨਾ, ਤੁਹਾਡਾ ਪਰਮਿਟ ਲੱਗ ਕੇ ਆਊਗਾ। ਉੱਥੇ ਗਏ ਅਸੀਂ 2-3 ਮਹੀਨੇ ਬਾਅਦ, ਨਾ ਤਾਂ ਉਹਨਾਂ ਦਾ ਫੋਨ ਲੱਗੇ ਜਿਹੜਾ ਨੰਬਰ ਦਿੱਤਾ ਸੀ, ਅਤੇ ਉੱਥੇ ਤਾਲਾ ਲੱਗਿਆ ਪਿਆ ਦੋਸਤੋ, ਸਾਰੇ ਹੀ ਬੰਦ ਹੋ ਆਫਿਸ। ਅਸੀਂ ਹੈਰਾਨ ਹੋ ਗਏ, ਇੱਦਾਂ ਹੀ ਸਾਡੇ ਨਾਲ ਹੋਇਆ। ਇੱਥੇ ਜਲੰਧਰ ਆਪਣਾ ਪਾਰਟੀਆ ਜਿਹੜਾ, ਉਹਨੇ ਕੱਢੀ ਦੀ ਆਪਣਾ ਦੁਬਈ ਦੀ, ਅਤੇ ਉੱਥੇ ਗਏ ਸੀ, ਉਹਨੇ ਪਹਿਲਾਂ 10-10 ਹਜ਼ਾਰ ਰੁਪਇਆ ਲੈ ਲਿਆ, ਵਧੀਆ ਕਾਗਜ਼ ਪੱਤਰ, ਹੈ ਨਾ, ਸਾਰੇ ਲਾ ਕੇ ਭੇਜਤੇ ਅੱਗੇ। ਅਤੇ ਅਸੀਂ ਹੈਗੇ ਤੀ 20-25 ਮੁੰਡੇ ਜਿਹੇ, ਸੋ ਸਾਰਿਆਂ ਦਾ ਦੇਖ ਲਓ ਤੁਸੀਂ, ਉਹਨੇ ਕਹਿੰਦਾ ਸੀ ਵੀ 1,00,000 ਰੁਪਇਆ ਲੱਗੂਗਾ। ਉੱਥੇ ਮਹੀਨਾ ਲੰਘ ਗਿਆ, 2 ਮਹੀਨੇ, ਉਦੋਂ ਬਾਅਦ 'ਚ ਕਹਿੰਦਾ ਜੀ ਤੁਹਾਡਾ ਲੱਗਿਆ ਨਹੀਂ ਹੈਗਾ, ਕੰਪਨੀ ਨੇ ਨਾ ਕਰਤੀ, ਉਹ ਦੇਖ ਲਓ 10-10 ਹਜ਼ਾਰ ਰੁਪਇਆ ਉਹ ਰੱਖ ਗਿਆ, ਕਹਿੰਦਾ ਮੇਰਾ ਖਰਚਾ ਆਇਆ ਇੰਨਾ ਕਾਗਜ਼ ਪੱਤਰਾਂ 'ਤੇ ਲੱਗਿਆ। ਇੱਦਾਂ ਦੀਆਂ ਦੋਸਤੋ ਬਹੁਤ ਠੱਗੀਆਂ ਹੋਈਆਂ ਨੇ ਮੇਰੇ ਨਾਲ ਵੀ। ਸੋ ਆਪਾਂ ਕਹਿੰਦੇ ਕਿਸੇ ਹੋਰ ਨਾਲ ਨਾ ਹੋਣਾ, ਮਾੜਾ ਜਿਹਾ ਜਾਗਰੂਕ ਹੋਵੋ। ਸੋ ਧਿਆਨ ਰੱਖਿਆ ਕਰੋ ਬਸ ਆਪਣਾ, ਹੈ ਨਾ, ਜੈਨੂਇਨ ਬੰਦੇ ਤੋਂ ਕੰਮ ਕਰਾਓ। ਸੋ ਇਹ ਤਾਂ ਚਲੋ ਛੋਟੀ ਗੱਲ ਆ, ਬਹੁਤ ਲੋਕਾਂ ਨਾਲ ਲੱਖਾਂ ਦੇ ਘਾਟੇ ਪੈਂਦੇ ਨੇ, ਹੈ ਨਾ। ਆਪਣਾ ਮੋਟਿਵ ਇਹੀ ਆ ਬਸ, ਥੋੜ੍ਹਾ ਧਿਆਨ ਰੱਖੋ ਆਪਣਾ। ਸੋ ਜਾਣ ਪਛਾਣ ਵਾਲਾ ਬੰਦਾ ਲੱਭੋ ਅਤੇ ਆਪਣਾ ਕੰਮ ਕਰਾਓ, ਤੋਂ ਬਸ ਇਹੀ ਹੋ ਸਕਦਾ ਦੋਸਤੋ। ਬਾਕੀ ਇੱਕ ਗੱਲ ਹੋਰ, ਜਿਹੜਾ ਏਜੰਟ ਤੁਹਾਨੂੰ ਕਹਿੰਦਾ ਨਾ ਵੀ ਤੁਹਾਨੂੰ ਮਾੜਾ ਜਿਹਾ ਸ਼ੱਕ ਹੁੰਦਾ ਵੀ ਇਹ ਟੂਰਿਸਟ ਲਵਾਊਗਾ, ਉਹਦੇ ਨਾਲ ਚੰਗਾ ਤੁਸੀਂ ਆਪ ਲਵਾ ਲਓ ਆਨਲਾਈਨ ਜਾ ਕੇ। ਹੁਣ ਤਾਂ ਸੌਖਾ ਹੀ ਬਹੁਤ ਹੈਗਾ, ਵੀਜ਼ੇ ਫਰੀ ਹੋਏ ਪਏ ਨੇ ਕਈ ਕੰਟਰੀਆਂ ਦੇ, ਚੁੱਪ ਕਰਕੇ ਜਾ ਕੇ ਆਨਲਾਈਨ ਕਾਗਜ਼ ਪੱਤਰ ਭਰੋ, ਔਨ ਅਰਾਈਵਲ ਵੀਜ਼ੇ ਨੇ, ਐਂਟਰੀ ਕਰ ਲਓ। ਸੋ ਇਹ ਵੀ ਆ, ਜੇ ਹੁਣ ਟੂਰਿਸਟ ਹੀ ਲਵਾ ਰਿਹਾ ਏਜੰਟ, ਉਹਨੂੰ 1.5 ਲੱਖ ਦੇਣ ਨਾਲੋਂ ਤੁਸੀਂ ਆਪ 40,000 ਰੁਪਏ 'ਚ ਕਰ ਲਓ, ਬਹੁਤ ਸੌਖਾ ਆ। ਟਿਕਟਾਂ ਹੋ ਜਾਂਦੇ ਨੇ ਟਰੈਵਲ ਲੋਕ ਐਪ ਆ ਗਈ, ਕਿੰਨੀਆਂ ਐਪ ਨੇ, ਉਹਨਾਂ ਤੋਂ ਟਿਕਟ ਕਰਾ ਲਓ, ਹੋਟਲ ਬੁਕਿੰਗ ਕਰਾ ਲਓ, ਆਪਣਾ ਚੁੱਪ ਕਰਕੇ ਫਾਰਮ ਭਰ ਕੇ ਉਹਨਾਂ ਨੂੰ ਭੇਜ ਦਿਓ ਆਨਲਾਈਨ, ਬਹੁਤ ਸੌਖਾ ਆ, ਤੁਸੀਂ ਆਪ ਵੀ ਕਰ ਸਕਦੇ ਹੋ। ਸੋ ਮਾੜੀ ਮੋਟੀ ਸਰਚ ਕਰਿਆ ਕਰੋ, ਯੂਟਿਊਬ 'ਤੇ ਦੇਖਿਆ ਕਰੋ ਇਹ ਕੰਟਰੀ, ਪਹਿਲਾਂ ਜਿਹੜੀ ਕੰਟਰੀ ਤੁਸੀਂ ਜਾਣਾ ਆ ਉੱਥੇ ਕੀ ਕੰਮ ਨੇ, ਬਹੁਤ ਵੀਡੀਓ ਬਣੀਆਂ ਹੁੰਦੀਆਂ ਨੇ ਆਪਣੇ ਪੰਜਾਬੀ ਗੈਪ ਨੇ ਨਾ ਪਹਿਲਾਂ। ਸੋ ਉੱਥੇ ਸਰਚ ਕਰਿਆ ਕਰੋ ਕਿਹੜੇ ਕਿਹੜੇ ਕੰਮ ਨੇ, ਕਿੰਨੀ ਸੈਲਰੀ ਆ, ਸਾਰਾ ਕੁਝ ਦੇਖਿਆ ਕਰੋ, ਉਸ ਤੋਂ ਬਾਅਦ ਫਿਰ ਅਪਲਾਈ ਕਰਿਆ ਕਰੋ। ਸੋ ਬਾਕੀ ਜੇ ਵੀਡੀਓ ਪਸੰਦ ਆਈ ਆ, ਸਬਸਕ੍ਰਾਈਬ ਕਰ ਦਿਓ, ਇੰਨੀ ਕਹਿਣਾ ਸੀ ਬਸ।
ਤਾਂ ਜੋ ਕਿ ਇਹਦਾ ਭਲਾ ਹੋ ਸਕੇ। ਅੱਗੇ ਭੇਜਦਿਆ ਕਰੋ ਗਰੁੱਪਾਂ 'ਚ, ਤਾਂ ਜੋ ਪਤਾ ਲੱਗ ਸਕੇ ਮੁੰਡਿਆਂ ਨੂੰ, ਹੈ ਨਾ, ਕੀ ਹਿਸਾਬ ਕਿਤਾਬ ਹੈਗਾ। ਸੋ ਇੱਦਾਂ ਆਪਾਂ ਜੱਟਾਂ ਤੋਂ ਬਚ ਸਕਦੇ ਹਾਂ ਕਿ ਆਹੀ ਹੱਲ ਆ। ਸੋ ਬਾਕੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਧੰਨਵਾਦ।